ਕਿੱਥੇ ਇੱਦਾਂ ਲੱਗਦਾ ਕਿ ਸਾਰੀ ਦੁਨੀਆ ਹੀ ਪ੍ਰੋਗਰਾਮ ਬੁੱਕ ਕਰਵਾਉਣ ਲੱਗ ਗਈ ਅਤੇ ਹੁਣ ਕਰਵਾਉਣ ਵਾਲੇ ਸਾਰੇ ਨੇ ਅਤੇ ਕਰਨ ਵਾਲੇ ਉਹ ਦੋ ਤਿੰਨ ਜਾਣੇ ਹੀ ਅਸੀਂ। ਸੋ ਉਸ ਗੱਲ ਦੀ ਖੁਸ਼ੀ ਵੀ ਬਹੁਤ ਹੈ ਅਤੇ ਪਰ ਥੋੜ੍ਹਾ ਜਿਹਾ ਉਹਨੂੰ ਕਈ ਵਾਰ ਕਾਲਾਂ ਲੈਣ ਲੱਗੇ, ਕਈ ਸ਼ੋਅ ਵੈਸੇ ਵੀ ਨਿਕਲ ਜਾਂਦੇ। ਸਿੱਧੂ ਨੂੰ ਇੱਕ ਰੀਤ ਐਸੀ ਪਾਈ ਇੱਕ ਨਵਾਂ ਇੱਕ ਗਾਇਕ ਟ੍ਰੈਂਡ ਸੈੱਟ ਕਰ ਗਿਆ ਉਹ, ਐਂਡ ਸ਼ਾਇਦ ਉਹ ਟ੍ਰੈਂਡ ਆਉਣ ਵਾਲੇ ਕਈ ਦਹਾਕਿਆਂ ਤੱਕ ਲੋਕਾਂ ਤੋਂ ਟੁੱਟਣਾ ਨਹੀਂ ਜਾਂ ਪ੍ਰੋਪਰ ਫੋਲੋਅਪ ਨਹੀਂ ਹੋਣਾ। ਐਂਡ ਦੁਨੀਆ ਨੇ ਬਹੁਤ ਤੋੜਿਆ ਹੋਇਆ ਸੀ ਉਹਨੂੰ, ਉਹ ਖੁੰਦਗੀ ਬੰਦਾ ਸੀ। ਐਂਡ ਖੁੰਦਗ ਤੋਂ ਬਾਅਦ ਜਦੋਂ ਆ ਕੇ ਉਹਨੇ ਆਪਣਾ ਇੱਕ ਸਟਾਈਲ ਲੈ ਕੇ ਆਉਂਦਾ, ਮੈਂ ਕਿਹਾ ਜਿਹਨੇ ਜੋ ਕਰਨਾ, ਜਿਹਨੇ ਜੋ ਬੋਲਣਾ ਬੋਲੀ ਜਾਓ, ਮੈਨੂੰ ਫਰਕ ਨਹੀਂ, ਮੈਨੂੰ ਪਰਵਾਹ ਨਹੀਂ, ਹੁਣ ਜੱਟ ਹੀ ਹੋ। ਨਿੱਕੂ ਦੇ ਕਰੋੜਾਂ ਰੁਪਈਆ ਆ ਚੁੱਕਿਆ ਅਕਾਊਂਟ ਦੇ ਵਿੱਚ। ਸਵੇਰੇ ਅਸੀਂ ਮਤਲਬ ਲੱਖ ਲੱਖ ਰੁਪਇਆ ਇਕੱਲੇ ਇਕੱਲੇ ਬੰਦੇ ਬਣਨਾ ਸ਼ੁਰੂ ਕਰਦੇ ਨੇ, ਸ਼ਾਮ ਤੱਕ ਕਰੋੜ, ਡੇਢ ਕਰੋੜ, ਦੋ ਕਰੋੜ ਰੋਜ਼ ਬਣਦੇ ਨੇ, ਕਿਉਂਕਿ ਪੈਸੇ ਜ਼ਿਆਦਾ ਹੋ ਗਏ ਮੇਰੇ ਤੋਂ, ਇੰਨੇ ਹੁਣ ਸੰਭਲ ਗਏ। ਪਿੱਛੇ ਜੀ ਇੱਕ ਵੀਡੀਓ ਵਾਇਰਲ ਹੋਈ ਸੀ ਕਿ ਨਿੱਕੂ ਕੋਲ 12 ਕਿੱਲੇ ਨੇ, 15 ਕਿੱਲੇ ਨੇ, ਕਿਸੇ ਨੇ 20 ਕਿੱਲੇ ਗਏ, ਨਿੱਕੂ ਕੋਲ 4 ਨੌਕਰ ਨੇ, ਫਲਾਨੇ ਨੇ, ਧਮਕੇ, ਨਿੱਕੂ ਕੋਲ ਤਾਂ ਇਹ, ਨਿੱਕੂ ਕੋਲ ਗੱਡੀਆਂ। ਘਰ ਇਸ ਕਰਕੇ ਬਚ ਗਿਆ ਕਿ ਮੇਰੀ ਘਰ ਦੀ ਜਿਹੜੀ ਕੋਠੀ ਜਿੱਥੇ ਬਣਾਈ ਆ ਪਿੰਡ, ਉਹ ਲਾਲ ਕਿਰ ਦੇ ਅੰਦਰ ਆ। ਇਸ ਲਈ ਸਿਆਣੇ ਕਹਿੰਦੇ ਨੇ ਕਿ ਜੋ ਰੱਬ ਕਰਦਾ ਚੰਗਾ ਹੀ ਕਰਦਾ, ਪੁੱਠੀਆਂ ਸਿੱਧੀਆਂ ਬੰਦਾ ਹੀ ਕਰਦਾ। ਉਹ ਕੋਠੀ ਪਿੰਡ 'ਚ ਬਣਨ ਦਾ ਸਬੱਬ ਕੀ ਸੀ ਕਿ ਸਾਡੀ ਉਹ ਯਾਦ ਵੀ ਬਾਪੂ ਵਾਲੀ, ਸਾਡੇ ਦਾਦੇ ਵਾਲੀ ਰਹਿ ਜੂਗੀ, ਉੱਥੇ ਪਿੰਡ 'ਚ ਵੀ ਰਹਿ ਜਾਵਾਂਗੇ। ਸ਼ਾਇਦ ਵਾਹਿਗੁਰੂ ਨੂੰ ਇਹ ਪਤਾ ਸੀ ਕਿ ਇੱਕ ਵਕਤ ਐਸਾ ਆਉਣਾ ਜਿੱਦਣੇ ਦਾ ਸਾਰਾ ਕੁਝ ਵਿਕਣਾ ਅਤੇ ਉਦਣ ਇਹ ਘਰ ਇਹਦੇ ਕੋਲ ਰਹਿ ਜਾਵੇ। ਉਹ ਇਸ ਕਰਕੇ ਬਚਿਆ ਕਿਉਂਕਿ ਲਾਲ ਕੀਰ ਦੇ ਅੰਦਰ ਹੈ, ਉਹਦੀ ਵੈਲਿਊ ਨਹੀਂ ਪਈ। ਕੋਈ ਖਰੀਦਦਾ ਸੀ ਉਹ 1.5 ਕਰੋੜ ਦੀ ਜਗ੍ਹਾ ਨੂੰ, ਕੋਈ ਆ ਕੇ ਕਹਿੰਦੇ ਸੀ 10 ਲੱਖ ਦੀ ਖਰੀਦ ਲਾਂਗੇ, ਕੋਈ ਕਹਿੰਦਾ ਸੀ 15 ਲੱਖ ਦੀ ਖਰੀਦ ਲਾਂਗੇ। ਉਹਨੇ ਕੁ ਨਾ ਮੇਰਾ ਨਾ ਕੁਛ ਸਵਰਦਾ ਸੀ ਨਾ ਕੁਛ ਹੁੰਦਾ ਸੀ। ਅੱਜ ਸਾਡੇ ਨਾਲ ਨੇ ਪੰਜਾਬ ਦੇ ਨਾਮੀ ਸਿੰਗਰ ਇੰਦਰਜੀਤ ਨਿੱਕੂ। ਪਿਛਲੇ 10 ਸਾਲਾਂ ਤੋਂ ਆਪਣਾ ਬਣਿਆ ਹੋਇਆ ਨਾਮ ਜਿਹੜਾ ਕਿ ਹਾਲਾਤਾਂ ਦੇ ਵਿੱਚ ਕਿਤੇ ਗੁਆਚ ਗਿਆ ਸੀ, ਉਹ ਲੱਭਣ ਦੀ ਕੋਸ਼ਿਸ਼ ਕਰ ਰਹੇ ਸੀ, ਰੱਬ ਨੂੰ ਪੁੱਛ ਰਹੇ ਸੀ, ਲੋਕਾਂ ਕੋਲ ਆਪਣੀ ਪਹੁੰਚ ਕਰਾਉਣ ਦੀ ਕੋਸ਼ਿਸ਼ ਕਰ ਰਹੇ ਸੀ, ਪਰੰਤੂ ਹਾਲਾਤ ਉਹਨਾਂ ਦੇ ਉਦੋਂ ਤੱਕ ਨਹੀਂ ਬਦਲੇ ਜਦੋਂ ਤੱਕ ਕਿ ਰੱਬ ਨੇ ਉਹਨਾਂ ਦੀ ਨਹੀਂ ਸੁਣੀ ਅਤੇ ਲੋਕਾਂ ਨੇ ਉਹਨਾਂ ਦੀ ਬਾਂਹ ਨਹੀਂ ਫੜੀ। ਅਤੇ ਅੱਜ ਉਸ ਨਿੱਕੂ ਦਾ ਇਹ ਹਾਲ ਹੈ ਕਿ ਉਹ ਆਪਣੇ ਘਰੋਂ ਪ੍ਰੋਗਰਾਮ ਵਾਪਸ ਕਰ ਰਿਹਾ, ਜਦੋਂ ਕਿ ਇਹ ਮਨ ਬਹੁਤ ਘੱਟ ਕਲਾਕਾਰਾਂ ਦਾ ਹਿੱਸੇ ਆਇਆ। ਨਿੱਕੂ ਜੀ, ਸਤਿ ਸ਼੍ਰੀ ਅਕਾਲ ਜੀ, ਬਹੁਤ ਸਾਰਾ ਪਿਆਰ, ਬਹੁਤ ਸਾਰਾ ਸਤਿਕਾਰ ਸਾਰਿਆਂ ਨੂੰ, ਦੇਖਣ ਵਾਲਿਆਂ ਨੂੰ, ਚਾਹੁਣ ਵਾਲਿਆਂ ਨੂੰ। ਅਤੇ ਜਿਹੜਾ ਤੁਸੀਂ ਇਹ ਕਰਜ਼ ਪਿਆਰ ਦਾ ਹੁਣ ਮੇਰੇ ਸਿਰ 'ਤੇ ਚੜਾਇਆ, ਇਹ ਰਿਣ ਸਾਰੀ ਜ਼ਿੰਦਗੀ ਮੇਤੋਂ ਨਹੀਂ ਉਤਾਰਿਆ ਜਾਣਾ, ਪਰ ਹਮੇਸ਼ਾ ਕੋਸ਼ਿਸ਼ ਕਰਦਾ ਨੂੰ ਪੰਜਾਬੀ ਮਾਂ ਬੋਲੀ ਦੀ ਇੱਦਾਂ ਸੇਵਾ ਕਰਦਾ ਰਹਾਂ, ਤੁਹਾਡੀਆਂ ਖੁਸ਼ੀਆਂ ਸ਼ਰੀਕ ਹੋ ਕੇ ਥੋੜ੍ਹਾ ਥੋੜ੍ਹਾ ਪਿਆਰ ਤੁਹਾਨੂੰ ਵਾਪਸ ਦਿੰਦਾ ਰਹਾਂ। ਅੱਛਾ ਨਿੱਕੂ ਜੀ, ਚਿਹਰੇ ਦੀ ਚਮਕ ਦੱਸਦੀ ਆ ਵੀ ਹੁਣ ਹੌਸਲਾ ਬੁਲੰਦ ਹੈਗਾ ਪਹਿਲਾਂ ਦੀ ਤਰ੍ਹਾਂ, ਦੋ ਦਹਾਕੇ ਪਹਿਲਾਂ ਸੀਗਾ, ਅਤੇ ਘਰ ਪਰਿਵਾਰ ਦਾ ਪਹਿਲਾਂ ਹਾਲ ਦੱਸੋ ਕਿਵੇਂ ਹੈ? ਹੌਸਲਾ ਕਦੇ ਵੀ ਟੁੱਟਿਆ ਨਹੀਂ, ਵਾਹਿਗੁਰੂ ਦੀ ਕਿਰਪਾ ਰਹੀ ਹੈ। ਜੇ ਜਦੋਂ ਵੀ ਕਿਸੇ ਨੇ ਕਦੇ ਪੁੱਛਿਆ ਨਾ ਕਿੱਦਾਂ, ਮੈਂ ਕਹਿਣਾ ਬੱਲੇ ਬੱਲੇ, ਸ਼ਾਇਦ ਵਾਹਿਗੁਰੂ ਨੇ ਬੱਲੇ ਬੱਲੇ ਫਿਰ ਵਾਪਸ ਦੇ ਦਿੱਤੀ। ਪਰਿਵਾਰ ਸਾਰਾ ਬਹੁਤ ਸੁੱਖ ਸ਼ਾਂਤੀ ਨਾਲ, ਸਾਰੇ ਬਹੁਤ ਅੱਛੇ ਨੇ। ਅੱਛਾ, ਪ੍ਰੋਗਰਾਮਾਂ ਦੀ ਗੱਲ ਕਰੀਏ ਪਹਿਲਾਂ, ਉਹ ਵੀ ਦੱਸੋ ਸਾਡੇ ਦਰਸ਼ਕਾਂ ਨੂੰ ਵੀ ਕਿੱਥੋਂ ਕਿੱਥੋਂ ਸੁਨੇਹੇ ਆ ਰਹੇ ਨੇ, ਕਿਉਂਕਿ ਲੋਕ ਕਹਿੰਦੇ ਨੇ ਕਿ ਅਸੀਂ ਫੋਨ ਕਰਦੇ ਹਾਂ, ਨਿੱਕੂ ਫੋਨ ਨਹੀਂ ਚੱਕ ਰਿਹਾ, ਨਿੱਕੂ ਮਸ਼ਰੂਫ ਇੰਨਾ ਹੋ ਗਿਆ। ਐਕਚੁਅਲੀ 15 ਦਿਨ ਤੋਂ ਰੈਗੂਲਰ ਜਿਹੜੇ ਮੈਂ ਖੁਦ ਫੋਨ ਵੀ ਸਾਰੇ ਲੈ ਰਿਹਾ, ਲੇਕਿਨ ਜਿਹੜੇ ਸ਼ੋਜ਼ ਦੀਆਂ ਕਾਲਸ ਨੇ ਉਹ 2 ਫੋਨਾਂ 'ਤੇ ਡਿਵਾਈਡ ਨੇ, ਇੱਕ ਛੋਟੇ ਕੋਲ, ਇੱਕ ਸਾਡੇ ਆਫਿਸ ਦੇ ਮੁੰਡੇ ਕੋਲ ਆ। ਕਿਉਂਕਿ ਕਿੱਥੇ ਤਾਂ ਹੁੰਦਾ ਕਿ ਇੱਕ ਇੱਕ ਬੰਦੇ ਨੇ, ਦੋ ਦੋ ਬੰਦਿਆਂ ਨੇ ਆਫਿਸ 'ਚ ਆਉਣਾ ਪ੍ਰੋਗਰਾਮ ਬੁੱਕ ਕਰਨ ਵਾਸਤੇ, ਅਤੇ ਇੱਕ ਬੰਦੇ ਨੇ ਬੁੱਕ ਕਰੀ ਜਾਣਾ ਨੇ। ਕਿੱਥੇ ਇੱਦਾਂ ਲੱਗਦਾ ਕਿ ਸਾਰੀ ਦੁਨੀਆ ਹੀ ਪ੍ਰੋਗਰਾਮ ਬੁੱਕ ਕਰਵਾਉਣ ਲੱਗ ਗਈ, ਅਤੇ ਹੁਣ ਕਰਵਾਉਣ ਵਾਲੇ ਸਾਰੇ ਨੇ ਅਤੇ ਕਰਨ ਵਾਲੇ ਉਹ 2-3 ਜਾਣੇ ਹੀ ਅਸੀਂ। ਸੋ ਉਸ ਗੱਲ ਦੀ ਖੁਸ਼ੀ ਵੀ ਬਹੁਤ ਹੈ, ਅਤੇ ਪਰ ਥੋੜ੍ਹਾ ਜਿਹਾ ਉਹਨੂੰ ਕਈ ਵਾਰ ਕਾਲਾਂ ਲੈਣ ਲੱਗੇ, ਕਈ ਸ਼ੋਅ ਵੈਸੇ ਵੀ ਨਿਕਲ ਜਾਂਦੇ ਨੇ। ਅੱਛਾ ਨਿੱਕੂ ਜੀ, ਆਪਾਂ ਹੁਣ 2 ਦਹਾਕੇ ਪਹਿਲਾਂ ਦੀ ਗੱਲ ਕਰੀਏ, ਉਦੋਂ ਦਾ ਨਿੱਕੂ ਦਾ ਗਾਉਣ ਦਾ ਸਟਾਈਲ ਹੋਰ ਸੀ, ਹੈ ਨਾ, ਮੈਟਰ ਹੋਰ ਸੀਗੇ। ਹੁਣ ਜ਼ਮਾਨਾ ਬਦਲ ਗਿਆ ਅਤੇ ਦਹਾਕੇ ਬਦਲ ਗਏ, ਲੋਕਾਂ ਦੀ ਸੋਚ ਬਦਲ ਗਈ, ਸਰੋਤੇ ਹੀ ਬਦਲ ਗਏ, ਲੋਕਾਂ ਨੇ ਤਾਂ ਬਾਂਹ ਤੁਹਾਡੀ ਫੜ ਲਈ ਹੈਗੀ ਹੈ, ਤੁਹਾਨੂੰ ਮੈਟਰ ਉਹ ਵਾਲਾ ਜਿਹੜਾ ਅੱਜ ਚਾਹੀਦਾ ਹੈਗਾ, ਉਹਦੇ ਵਾਸਤੇ ਤਿਆਰੀ ਖਿੱਚੀ ਹੋਈ ਹੈ? ਫਿਰ ਮੈਨੂੰ ਐਂ ਲੱਗਦਾ ਕਿ ਗਾਣੇ ਅੱਜ ਵੀ ਉਹੀ ਚੱਲਦੇ ਨੇ, ਤੁਸੀਂ ਜਿੰਨੇ ਗਾਣੇ ਪਿੱਛੇ ਚੱਲੇ ਨੇ ਕਦੇ ਝਾਤ ਮਾਰ ਕੇ ਦੇਖਿਓ, ਇੱਕ ਸਿੱਧੂ ਦੇ ਗਾਣਿਆਂ ਨੂੰ ਛੱਡ ਕੇ ਬਾਕੀ ਸਾਰਿਆਂ ਗਾਣਿਆਂ 'ਚੋਂ ਪੁਰਾਣੇ ਰੰਗ ਮਿਲਦੇ ਰਹੇ ਨੇ। ਸਿੱਧੂ ਨੂੰ ਇੱਕ ਰੀਤ ਐਸੀ ਪਾਈ ਇੱਕ ਨਵਾਂ ਇੱਕ ਗਾਇਕੀ ਟ੍ਰੈਂਡ ਸੈੱਟ ਕਰ ਗਿਆ ਉਹ, ਐਂਡ ਸ਼ਾਇਦ ਉਹ ਟ੍ਰੈਂਡ ਆਉਣ ਵਾਲੇ ਕਈ ਦਹਾਕਿਆਂ ਤੱਕ ਲੋਕਾਂ ਤੋਂ ਟੁੱਟਣਾ ਨਹੀਂ ਜਾਂ ਪ੍ਰੋਪਰ ਫੋਲੋਅਪ ਨਹੀਂ ਹੋਣਾ ਉਹ ਜਿਹੜੇ ਆਰਟਿਸਟ ਨੇ, ਕਿਉਂਕਿ ਉਹਨੇ ਬਹੁਤ ਵੱਖਰੇ ਤਰੀਕੇ ਨਾਲ ਆਪਣੀ, ਕਿਉਂਕਿ ਉਹਦੇ ਕੋਲ ਖੁਦ ਕੋਲ ਕਲਮ ਵੀ ਬਹੁਤ ਅੱਛੀ ਸੀ ਅਤੇ ਖੁਦ ਦਾ ਸਟਾਈਲ ਇੱਕ ਅਲੱਗ ਸੀਗਾ, ਐਂਡ ਦੁਨੀਆ ਨੇ ਬਹੁਤ ਤੋੜਿਆ ਹੋਇਆ ਸੀ ਉਹਨੂੰ, ਉਹ ਖੁੰਦਗੀ ਬੰਦਾ ਸੀ। ਐਂਡ ਖੁੰਦਗ ਤੋਂ ਬਾਅਦ ਜਦੋਂ ਆ ਕੇ ਉਹਨੇ ਆਪਣਾ ਇੱਕ ਸਟਾਈਲ ਲੈ ਕੇ ਆਉਂਦਾ, ਮੈਨੂੰ ਕਿਹਾ ਜਿਹਨੇ ਜੋ ਕਰਨਾ, ਜਿਹਨੇ ਜੋ ਬੋਲਣਾ ਬੋਲੀ ਜਾਓ, ਮੈਨੂੰ ਫਰਕ ਨਹੀਂ, ਮੈਨੂੰ ਪਰਵਾਹ ਨਹੀਂ, ਹੁਣ ਜੱਟ ਹੀ ਗਊ।
ਸੋ ਉਹਦੀ ਉਹ ਬੇਬਾਕੀ ਉਹਨੂੰ ਹਮੇਸ਼ਾ ਅੱਗੇ ਵਧਾਉਂਦੀ ਰਹੀ ਹੈ। ਪਰ ਜਦੋਂ ਅੱਗੇ ਵਧਦਿਆਂ ਤਾਂ ਫੁੱਲ ਦੇ ਨਾਲ ਕੰਡੇ ਵੀ ਮਿਲਦੇ ਹੀ ਮਿਲਦੇ ਨੇ। ਪਰ ਜਿਹੜੇ ਜਿਹੜਾ ਕੁਛ ਵੀ ਉਹਦੇ ਨਾਲ ਹੋਇਆ ਕਦੇ ਨਾ ਕਿਸੇ ਨੇ ਸੋਚਿਆ ਸੀ ਨਾ ਸੋਚਿਆ ਹੀ ਜਾ ਸਕਦਾ। ਇਹ ਸੋਚਣ ਵਾਲੀ ਗੱਲ ਹੀ ਹੈ ਨਹੀਂ ਇਹ ਕਿ ਇੱਕ ਨੌਜਵਾਨ ਨਾਲ ਇਕੱਲੇ ਇਕੱਲੇ ਨਾਲ ਇੰਨੀ ਛੋਟੀ ਉਮਰ ਦੇ ਬੱਚੇ ਨਾਲ ਇੱਦਾਂ ਦਾ ਇੱਦਾਂ ਦੀ ਅਣਹੋਣੀ ਕਰਨੀ, ਉਹ ਵੀ ਜਾਣ ਬੁੱਝ ਕੇ, ਬਹੁਤ ਬੁਰੀ ਗੱਲ ਸੀ। ਇਹ ਕਿਸੇ ਨਾਲ ਵੀ ਰੱਬ ਨਾ ਕਰੇ ਕਿਸੇ ਦੇ ਬੱਚੇ ਨਾਲ ਨਾ ਹੋਵੇ ਕਦੇ ਵੀ ਇੱਦਾਂ, ਜਿਹੜਾ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦਾ ਇਹੋ ਜਿਹੇ ਲੋਕਾਂ ਨਾਲ ਤਾਂ ਕਦੇ ਵੀ ਨਾ ਹੋਵੇ। ਵਾਹਿਗੁਰੂ ਇਹਨਾਂ ਨੂੰ ਤਾਂ ਹਮੇਸ਼ਾ ਸਾਰਿਆਂ ਨੂੰ ਸਲਾਮਤ ਰੱਖੇ। ਅੱਛਾ ਨਿੱਕੂ ਜੀ, ਇੱਕ ਸਵਾਲ ਤੁਹਾਡੇ ਤੋਂ ਸਾਰੇ ਪੁੱਛਦੇ ਨੇ, ਮੈਂ ਵੀ ਪੁੱਛਣਾ। ਕਹਿੰਦੇ ਨਿੱਕੂ ਦੇ ਕਰੋੜਾਂ ਰੁਪਈਆ ਆ ਚੁੱਕਿਆ ਅਕਾਊਂਟ ਦੇ ਵਿੱਚ, ਕੋਈ ਇਹੋ ਜਿਹੀਆਂ ਗੱਲਾਂ? ਹਾਂਜੀ ਹਾਂਜੀ, ਬਹੁਤ ਆ ਗਏ। ਮੈਂ ਸਵੇਰੇ ਮੰਮੀ ਨੂੰ ਕਿਹਾ ਹੁੰਦਾ ਵੀ ਮੰਮੀ ਤੁਸੀਂ ਤੁਹਾਡੇ ਗੋਡੇ ਦੁੱਖਦੇ ਨੇ, ਇਸ ਲਈ ਤੁਸੀਂ ਜ਼ਿਆਦਾ ਇੱਧਰ ਉੱਧਰ ਜਾਣਾ ਨਹੀਂ ਕਿਤੇ, ਤੁਸੀਂ ਘਰੇ ਰਿਹਾ ਕਰੋ। ਅਤੇ ਕੁਰਸੀ ਡਾ ਕੇ ਮੰਮੀ ਸਵੇਰੇ ਬਹਿ ਜਾਂਦੇ ਨੇ, ਅਤੇ ਉੱਥੇ ਬਹੁਤ ਲੋਕ ਆਉਂਦੇ ਨੇ ਸਵੇਰੇ। ਅਸੀਂ ਮਤਲਬ ਲੱਖ ਲੱਖ ਰੁਪਇਆ ਇਕੱਲੇ ਇਕੱਲੇ ਬੰਦੇ ਨੂੰ ਵੰਡਣਾ ਸ਼ੁਰੂ ਕਰਦੇ ਨੇ, ਸ਼ਾਮ ਤੱਕ ਕਰੋੜ ਡੇਢ ਕਰੋੜ ਦੋ ਕਰੋੜ ਰੋਜ਼ ਵੰਡ ਦਿੰਦੇ ਹਾਂ, ਕਿਉਂਕਿ ਪੈਸੇ ਜ਼ਿਆਦਾ ਹੋ ਗਏ, ਮੇਰੇ ਤੋਂ ਇੰਨੇ ਹੁਣ ਸੰਭਲਦੇ ਨਹੀਂ। ਮਤਲਬ ਮੇਰਾ ਕਹਿਣ ਦਾ ਮਤਲਬ ਇਹ ਹੈ ਵੀ ਟ੍ਰੋਲਿੰਗ ਕਰਨ ਵਾਲਿਆਂ ਨੇ ਇਹ ਵੀ ਤੁਹਾਡਾ ਪੁਆਇੰਟ ਬਣਾਇਆ ਹੋਇਆ ਅੱਜ? ਕੋਈ ਫਰਕ ਨਹੀਂ ਪੈਂਦਾ, ਹੁਣ ਜਿਹੜਾ ਦੁੱਖ ਦਰਦ ਮੈਨੂੰ ਸੀ ਉਹ ਮੈਨੂੰ ਪਤਾ, ਮੈਂ ਹੰਡਾਇਆ ਉਹ। ਜਿੰਨੇ ਪੈਸੇ ਜਿਹੜੇ ਹੁਣ ਮੇਰੇ ਕੋਲ ਨੇ ਉਹ ਵੀ ਮੈਨੂੰ ਪਤਾ, ਉਹ ਮੈਂ ਹੰਡਾ ਰਿਹਾ, ਮੈਨੂੰ ਪਤਾ, ਮੇਰੇ ਪਰਿਵਾਰ ਨੂੰ ਪਤਾ। ਜੇ ਫਿਰ ਵੀ ਕਿਸੇ ਨੂੰ ਸ਼ੱਕ ਹੈ, ਇੱਕ ਪਿੱਛੇ ਜੇ ਇੱਕ ਵੀਡੀਓ ਵਾਇਰਲ ਹੋਈ ਸੀ ਕਿ ਨਿੱਕੂ ਕੋਲ 12 ਕਿੱਲੇ ਨੇ, 15 ਕਿੱਲੇ ਨੇ, ਕਿਸੇ ਨੇ 20 ਕਿੱਲੇ ਗਏ, ਨਿੱਕੂ ਕੋਲ 4 ਨੌਕਰ ਨੇ, ਫਲਾਨੇ ਨੇ, ਧਮਕੇ, ਨਿੱਕੂ ਕੋਲ ਤਾਂ ਯੇ, ਨਿੱਕੂ ਕੋਲ ਗੱਡੀਆਂ। ਗੱਡੀ ਮੈਂ ਸਿਰਫ ਇਸ ਵਾਸਤੇ ਨਹੀਂ ਵੇਚ ਪਾਇਆ ਕਿਉਂਕਿ ਮੇਰੀ ਗੱਡੀ 2018 'ਚ ਅਸੀਂ ਚੇਂਜ ਜਦੋਂ ਕੀਤੀ ਸੀ, ਉਹ ਵੀ ਇਸ ਕਰਕੇ ਕਿਉਂਕਿ ਪੁਰਾਣੀ ਗੱਡੀ 'ਤੇ ਜਿਹੜੇ ਪੈਸੇ ਸਾਤੋਂ ਦਿੱਤੇ ਨਹੀਂ ਗਏ ਉਹ ਅਸੀਂ ਕਿਸੇ ਨੂੰ ਐਵੇਂ ਚੁਕਵਾਤੀ। ਦੂਜੀ ਥੋੜ੍ਹੇ ਜਿਹੇ ਪੈਸੇ ਦੇ ਕੇ ਲਿਆਂਦੀ ਵੀ ਚਲੋ ਹੁਣ ਸ਼ੋਅ ਐਕਤੀਸ਼ਾ ਸ਼ੁਰੂ ਹੋ ਜਾਣ, ਪੈਸੇ ਮੁੜ ਜਾਣ। ਪਰ ਜਦੋਂ ਉਹਦੇ ਵੀ ਪੈਸੇ ਮੁੜੇ ਨਹੀਂ, ਪੈਸੇ ਤਾਂ ਹਾਲੇ ਮੁੜਨੇ ਸਾਈਡ 'ਤੇ ਰਹੇ, ਉਹਦੀ ਆਰ ਸੀ ਨਹੀਂ ਬਣੀ, ਉਹ ਵੀ ਵਾਹਨ 4 ਦਾ ਚੱਕਰ ਸੀ ਕੋਈ, ਉਹਦੇ ਕਰਕੇ ਉਹਦੀ ਆਰ ਸੀ ਨਹੀਂ ਬਣੀ, ਜਿਹਦੇ ਕਰਕੇ ਮੈਂ ਨਾ ਵੇਚ ਪਾਇਆ, ਨਾ ਉਹਦੀਆਂ ਕਿਸ਼ਤਾਂ, ਨਾ ਉਹ ਬੈਂਕ ਵਾਲੇ ਲੈ ਕੇ ਗਏ, ਉਹ ਘਰ ਮੇਰੇ ਕੋਲ ਚੱਲਦੀ ਫਿਰਦੀ ਰਹੀ ਹੈ ਨਾ। ਸੋ ਉਹਦੇ ਕਰਕੇ ਉਹ ਬਚ ਗਈ, ਘਰ ਆਰਥਿਕ ਮਜਬੂਰੀਆਂ ਕਿਤੇ ਨਾ ਕਿਤੇ ਅੱਜ ਸਬੱਬ ਬਣ ਗਏ, ਘਰ ਇਸ ਕਰਕੇ ਬਚ ਗਿਆ ਕਿ ਮੇਰੀ ਘਰ ਦੀ ਜਿਹੜੀ ਕੋਠੀ ਜਿੱਥੇ ਬਣਾਈ ਹੈ ਪਿੰਡ, ਉਹ ਲਾਲ ਕਿਰ ਦੇ ਅੰਦਰ। ਇਸ ਲਈ ਸਿਆਣੇ ਕਹਿੰਦੇ ਨੇ ਕਿ ਜੋ ਰੱਬ ਕਰਦਾ ਚੰਗਾ ਹੀ ਕਰਦਾ, ਪੁੱਠੀਆਂ ਸਿੱਧੀਆਂ ਬੰਦਾ ਹੀ ਕਰਦਾ। ਜਿਸ ਦਿਨ ਮੈਂ ਕੋਠੀ ਬਣਾਉਣ ਲੱਗਿਆ, ਜਦੋਂ ਪੈਸੇ ਖੁੱਲ੍ਹੇ ਸੀ ਕਿ ਆਪਾਂ ਪਿੰਡ ਬਣਾਉਂਦੇ, ਸਾਰਿਆਂ ਨੇ ਕਿਹਾ ਯਾਰ ਤੂੰ ਸ਼ਹਿਰ ਪਾ, ਜੇ ਕਦੇ ਕੋਈ ਪ੍ਰੋਬਲਮ ਆਈ ਤੈਨੂੰ ਇਹ ਕੋਠੀ ਕੱਢ ਸਕਦੀ ਆ ਟੈਨਸ਼ਨ 'ਚੋਂ। ਪਰ ਉਹ ਕੋਠੀ ਪਿੰਡ 'ਚ ਬਣਨ ਦਾ ਸਬੱਬ ਕੀ ਸੀ ਕਿ ਸਾਡੀ ਉਹ ਯਾਦ ਵੀ ਬਾਪੂ ਵਾਲੀ, ਸਾਡੇ ਦਾਦੇ ਵਾਲੀ ਰਹਿ ਜੂਗੀ, ਉੱਥੇ ਪਿੰਡ 'ਚ ਵੀ ਰਹਿ ਜਾਂਗੇ। ਸ਼ਾਇਦ ਵਾਹਿਗੁਰੂ ਨੂੰ ਇਹ ਪਤਾ ਸੀ ਕਿ ਇੱਕ ਵਕਤ ਐਸਾ ਆਉਣਾ ਜਿਹਦੇ ਦਾ ਸਾਰਾ ਕੁਝ ਵਿਕਣਾ, ਅਤੇ ਉਹਦੇ ਨੇ ਇਹ ਘਰ ਇਹਦੇ ਕੋਲ ਰਹਿ ਜਾਵੇ। ਉਹ ਇਸ ਕਰਕੇ ਬਚਿਆ ਕਿਉਂਕਿ ਲਾਲ ਕਿਰ ਦੇ ਅੰਦਰ ਹੈ, ਉਹਦੀ ਵੈਲਿਊ ਨਹੀਂ ਪਈ ਕੋਈ, ਕਿਸੇ ਨੇ ਖਰੀਦਿਆ ਨਹੀਂ ਉਹ। ਜੇ ਕੋਈ ਖਰੀਦਦਾ ਸੀ ਉਹ 1.5 ਕਰੋੜ ਦੀ ਜਗ੍ਹਾ ਨੂੰ, ਉਹ ਕੋਈ ਆ ਕੇ ਕਹਿੰਦਾ ਸੀ 10 ਲੱਖ ਦੀ ਖਰੀਦਾਂ, ਕਹਿੰਦਾ ਸੀ 15 ਲੱਖ ਦੀ ਖਰੀਦ ਲਾਂਗੇ। ਉਹਨੇ ਕਿ ਨਾ ਮੇਰਾ ਨਾ ਕੁਛ ਸਵਰਦਾ ਸੀ ਨਾ ਕੁਛ ਹੁੰਦਾ ਸੀ, ਜ਼ਮੀਨ ਪਿੰਡ 1.25 ਕਿੱਲਾ ਅੱਜ ਵੀ ਪਈ ਹੈ, ਉਹ ਇਸ ਕਰਕੇ ਬਚ ਗਈ। ਉਹ ਤਾਂ ਕਿਸੇ ਤੋਂ 30 ਲੱਖ ਰੁਪਇਆ ਲੋਨ ਲਿਆ ਸੀ, ਉਹ ਬੰਦੇ ਨੇ 30 ਲੱਖ ਦਾ 45 ਬਣਾਇਆ, ਮੈਂ 30 ਦਾ 21 ਲੱਖ ਰੁਪਏ ਦਾ ਨੋਟਬੰਦੀ ਤੱਕ ਮੋੜ ਚੁੱਕਿਆ ਸੀ ਉਸ ਬੰਦੇ ਨੂੰ ਵਿਆਜਾਂ 'ਤੇ ਫੜ ਫੜ ਕੇ। ਮਿੰਨਤਾਂ ਕੀਤੀਆਂ ਕਿ ਹੁਣ ਛੱਡ ਦਿਓ, ਬਖਸ਼ ਦਿਓ, ਜ਼ਮੀਨ ਖਰੀਦ ਲਓ, ਕਿਉਂਕਿ ਇਹਨਾਂ ਨੇ ਜ਼ਮੀਨ ਖਰੀਦੀ ਸੀ। ਗੱਲ ਕੀਤੀ ਸੀ ਕਿ ਅਸੀਂ ਸਾਰੇ ਪਿੰਡ ਦੀ ਜ਼ਮੀਨ ਖਰੀਦਣੀ ਆ, 3 ਮਹੀਨੇ 'ਚ ਰਜਿਸਟਰੀ ਕਰਾ ਲਾਂਗੇ। ਬਿਆਨਾ ਕਰਕੇ ਪੈਸੇ ਲਏ ਸੀ, ਬਿਆਨੇ 'ਚ ਜਿੰਨੇ ਦੀ ਜ਼ਮੀਨ ਖਰੀਦੀ ਸੀ ਉਹ 'ਚੋਂ ਅੱਧਾ ਬਿਆਨਾ ਲਿਖਿਆ ਸੀ ਬਸ, ਤਾਂ ਇਹ ਇੰਨੇ 'ਚ ਹੀ ਲਿਖਾਂਗੇ, ਇਹ ਰੂਲ ਹੁੰਦਾ ਜੀ, ਇਹ ਕੱਚਾ ਬਿਆਨਾ ਜੀ। ਮੈਂ ਉਹ ਤੋਂ ਬਾਅਦ 'ਚ ਇਹ ਵੀ ਮਿੰਨਤਾਂ ਕਰ ਲਈਆਂ, ਤੁਸੀਂ ਇੰਨੇ ਦੀ ਖਰੀਦ ਲਓ ਜਿੰਨੇ 'ਚ ਤੁਸੀਂ ਬਿਆਨਾ ਅੱਧੇ 'ਚ ਲਿਖਿਆ ਹੋਇਆ, ਜਿੰਨੇ ਦੀ ਤੁਸੀਂ ਮੇਰੇ ਨਾਲ ਗੱਲ ਕੀਤੀ ਉਹਨੂੰ ਛੱਡੋ, ਤੁਸੀਂ ਜਿੰਨੇ 'ਚ ਮੇਰੇ ਨਾਲ ਬਿਆਨਾ ਕੀਤਾ ਇੰਨੇ 'ਚ ਹੀ ਲੈ ਲਓ, ਉਹਨਾਂ ਨੇ ਉਹਨੇ 'ਚ ਵੀ ਲਈ ਨਹੀਂ, ਉਹ ਰੌਲੇ ਰੱਪੇ 'ਚ ਉੱਧਰੋਂ ਉਹਦੇ ਉੱਤੇ ਬੈਂਕ ਦੀ ਲਿਮਿਟ ਸੀ, ਇਸ ਕਰਕੇ ਉਹ ਜਗ੍ਹਾ ਵੀ ਬਚੀ ਰਹਿ ਗਈ, ਹੁਣ ਉਹ ਵੀ ਬਚੀ ਰਹਿ ਜੂਗੀ। ਸੋ ਮਜਬੂਰੀ ਕਾਰਨ ਹੀ ਮੇਰੀਆਂ ਚੀਜ਼ਾਂ ਸਾਰੀਆਂ ਬਚੀਆਂ ਨੇ। ਅੱਛਾ ਨਿੱਕੂ ਜੀ, ਚਲੋ ਤੁਹਾਡੀ ਤਾਂ ਬਾਂਹ ਫਾਲੀ ਰੱਬ ਨੇ, ਹੈ ਨਾ, ਬਹੁਤ ਸਾਰੇ ਕਲਾਕਾਰ ਨੇ ਅੱਜ ਇੰਡਸਟਰੀ ਨਾਲ ਜੁੜੇ ਹੋਏ, ਮਿਊਜ਼ਿਕ ਨਾਲ ਕਹਿ ਲਓ ਚਾਹੇ ਐਕਟਿੰਗ ਨਾਲ ਕਹਿ ਲਓ, ਜਿਹੜੇ ਕਿ ਵਿਚਾਰੇ ਅੱਜ ਰੋਟੀ ਤੋਂ ਵੀ ਆਵਾਜ਼ਾਰ ਨੇ, ਟਾਈਮ ਉਹਨਾਂ ਦਾ ਨਿਕਲ ਚੁੱਕਿਆ, ਪੈਸੇ ਖਤਮ ਹੋ ਚੁੱਕੇ ਨੇ, ਕਈਆਂ ਦੇ ਸ਼ਾਇਦ ਘਰ ਵੀ ਨਹੀਂ ਬਚੇ, ਤੁਹਾਨੂੰ ਲੱਗਦਾ ਕਿ ਉਹਨਾਂ ਪਿੱਛੇ ਕੁਛ ਨਾ ਕੁਛ ਕਰਨਾ ਚਾਹੀਦਾ? ਕਿਉਂਕਿ ਤੁਹਾਡਾ, ਮੈਂ ਕੁਛ ਸਵਾਲ ਪੂਰਾ ਕਰ ਲਾਂ, ਤੁਹਾਡਾ ਪ੍ਰੋਫੈਸ਼ਨ ਇਹੋ ਜਿਹਾ ਕਿ ਜਦੋਂ ਬੰਦਾ ਬੁਲੰਦੀ 'ਤੇ ਹੁੰਦਾ ਨਾ ਤਾਂ ਪੈਸਾ ਬਹੁਤ ਮਿਲਦਾ ਉਹਨੂੰ, ਰੁੜਦਾ ਫਿਰਦਾ ਇੱਕ ਵਾਰ, ਅਤੇ ਬਾਅਦ ਦੇ ਵਿੱਚ ਉਹੀ ਪੈਸੇ ਨੂੰ ਬੰਦਾ ਤਰਸਦਾ। ਐਕਚੁਲੀ ਮੈਂ ਇਹੀ ਗੱਲ ਕਹਿਣ ਲੱਗਿਆ ਸੀ ਕਿ ਜਦੋਂ ਪੈਸਾ ਆਉਂਦਾ ਜਦੋਂ ਲੱਗਦਾ ਕਿ ਸ਼ਾਇਦ ਪੈਸਾ ਮੇਰੇ ਕੋਲ ਕਦੇ ਜਾਣਾ ਨਹੀਂ। ਲੇਕਿਨ ਸਾਡੀ ਲਾਈਨ ਦੀ ਤ੍ਰਾਸਦੀ ਕੀ ਹੈ, ਜਦੋਂ ਕੰਮ ਬੰਦ ਹੁੰਦਾ ਨਾ, ਲੋਕ ਕਹਿੰਦੇ ਨੇ ਇਹ ਤਾਂ ਹੁਣ ਗਿਆ, ਪੁਰਾਣਾ ਹੋ ਗਿਆ, ਜਾਂ ਦੋ ਬੰਦਿਆਂ ਨੇ ਵੀ ਕਹਿਤਾ, 10 ਪਿੱਛੇ ਐਵੇਂ ਲੱਗ ਜਾਂਦੇ ਨੇ, ਇਹ ਨਹੀਂ ਪਤਾ ਹੁੰਦਾ ਕਿ ਯਾਰ ਬੰਦਾ ਕਿੰਨੀ ਕਪੈਸਿਟੀ ਰੱਖਦਾ ਹਾਲੇ, ਜਾਂ 2 ਗਾਣੇ ਮਾੜੇ ਆ ਗਏ, ਜਿੱਦਣ 1 ਗਾਣਾ ਚੰਗਾ ਗਿਆ ਫਿਰ ਸ਼ੁਰੂ ਹੋ ਜਾਂਦੇ ਨੇ। ਇਹਦੇ ਵਿੱਚ ਕੀ ਹੁੰਦਾ, ਕਈ ਬੰਦੇ ਤਾਂ ਸਰਵਾਈਵ ਕਰ ਲੈਂਦੇ ਨੇ, ਕਈ ਬੰਦੇ ਨਹੀਂ ਕਰ ਪਾਉਂਦੇ। ਇਹਦੇ ਵਿੱਚ ਵੀ ਸ਼ਾਇਦ ਵਾਹਿਗੁਰੂ ਦੀ ਮਿਹਰ ਬਹੁਤ ਵੱਡੀ।
जिमें हुण लोगों ने हाथ पड़िया, शायद मैं दूजा जन्म दिता लोगों ने, है ना। ये ऋण मैं कभी भी चुका नहीं सकता। बहुत घट लोगों के नसीब दे विच हिस्से चीज़ आई होनी है जिहड़ी मेरे हिस्से आई है। रातों रात पूरी दुनिया मेरे नाल आके खड़ी होगी, साड़ी पूरी इंडस्ट्री मेरे नाल आके खड़ी होगी। बहुत लोग ऐसे होने जिहड़े शायद कोशिश करनी बंद कर गए होणगे, क्योंकि सानू लोग फॉलो जदों करते हैं ना, उहदा कारण हुंदा है कि इस बंदे नूं फॉलो करते हैं लोग। जे सानू लोग जिन्हां फॉलो करते हैं असी हौसले छड़ जाएंगे, जां असी कहांगे यार नहीं दोबारा सरवाइव नहीं किया जा सकता, फिर ये कौन कहूगा कि तुसी कोशिश करो। कोशिश करन वालेयां दी कदे हार नहीं हुंदी, ये कौन कहूगा। सो मैनूं लगता कि वाहिगुरू ने मैनूं मौका दिता, जो मेरे अंदर एक फीलिंग सी कि आपां कोशिश करते रहिए, असी एक दिन वापस अपने मुकाम ते पहुँचांगे। शायद वाहिगुरू ने उस चीज़ नूं भाग लाए ने, लोगों का प्यार वापस मिलिया। अच्छा निकू जी, इस वक्त आपां पंजाब दी गल करिए, जिहड़ा पंजाब दा सीएम हैगा थोड़ी कम्यूनिटी दे विच्चों है, वो आप भी किसी टाइम कलाकार रहे ने, तुहानूं नहीं लगता कि कोई ट्रस्ट इहो जिहा स्थापित करना चाहिए भी कोई आर्थिक मजबूरी कारण कोई मतलब सुसाइड ना करे जां अजिहे हालातां वल ना जावे कि जिथे उहनूं समाज तों विरोधी जां ट्रोलिंग सहनी पवे? जी मैनूं हुण पिछले दिन मान साहब नाल गल हुई जदों कि तू टेंशन नहीं लैनी अस तेरे नाल, मैनूं उदों बहुत वड्डा हौसला होया। मान साहब के कई ऐसे जिहड़े नाल दे बंदे जिहड़े मेरे भी मित्र प्यारे ने, उन्हां दी जदों कॉल्स आईयां कि मान साहब तुहाडे लई बहुत फिक्रमंद ने, जां उन्हां ने मैनूं जिहड़े तरीके नाल हौसला दित्ता, मैनूं लग्गिया हुण टेंशन नहीं हुंदी। क्योंकि उस चक्कर की सी मेन, उन्हां नूं पता सी इस गल दा, जदों इह गल पता लगी है कि निक्कू ते जिहड़ा कर्जा निक्कू ने जिहड़े बंदे तों 50 लाख लिया, उस बंदे नूं फड़ फड़ के, क्योंकि मैं कदे किसी बंदे नूं मना नहीं कीता कि मैं तुहानूं दे नहीं सकदा, जदों जमें बस हो गई मैं उदों हथ खड़े कीते कि हुण मेरे कोल है नहीं, मैनू प्लीज़ थोड़ा वक्त दे दिओ, मैनू पैसे इकट्ठे कर लवां किसी तरीके, मैं तुहानू पैसे मोड़ूंगा। लेकिन जब तक मेरी हिम्मत रही है जिहड़ा इन्ना कर्जा सिर होया, उहदा कारण की सी, मैं कदे किसी नूं मना नहीं कर पाया। जिस बंदे तों मैं 50 लाख लिया, उस बंदे नूं मैं व्याजां दे विच 70-80 लाख 90 लाख किसी नूं करोड़ रुपया भी दे चुक्या, तो वह 50 लाख फिर उत्थे दा उत्थे खड़ा 50, ते अज फिर वह लोग ब्याज बनाई बैठे ने। जी तो 30 लाख लिया, उन्हूं पता नहीं किन्ने पैसे देने तो बाद वो 30 का फिर अज 45 बनाई बैठा, है ना। वो कारण सी जिहड़े मेरे वड्डे ये प्रॉब्लम बनिया। जदों हुण मान साहब का जिहड़ा कॉल तो बाद मैनूं हौसला की होया कि शायद हुण मैनूं जदों ये पैसे मैं वापस करने ने, उहदे विच ये सारे इन्हां दे जिहड़े लोग मेरे नाल भेजणगे जां गल नाल करनगे, उत्थे लोगों नूं थोड़ा जिहा अहसास हो कि निक्कू तुसीं इन्ने इन्ने पैसे ब्याजा च लै चुके हैं, असी हुण असल रकम नाल जां इन्नी रकम नाल असी ये खत्म कर दी है गल, कि एक बंदा प्रॉब्लम दे विच है, असी तो अपनी रकम का कद्दी वसूल चुके हैं। एंड तुसीं सोच के देखो दे विच 2-2% वाले बड़े होणगे, 3-3 वाले मतलब जिन्हें जिन्ना क लाना सी वो ला के हटिया, वो ही दसदा 6-6% वाले भी सीगे, 5-5% वाले भी सीगे, मैं कदे मना नहीं करदा। अज फिर वो बंदे अख मिला के करदे गल, नहीं उन्हां चों हले भी कई बंदे बहुत अच्छे ने मेरे भरा जिहड़े हले भी फोन करदे ने कि हुण तां तेरे को बड़े पैसे हैगे हुण तां दे दे, नहीं फिर तेरे घर बंदे भेजिए। हले तक आज करने हले हले भी आते हैं, उन्होंने लगता शायद मैं बहुत पैसे इकट्ठे कर ले तो मैं दे नहीं रहा उन्होंने, पर मैं उन्होंने बड़ी निम्रता फिर मैसेज पाँगा जां गल करदा कि भरावो मैं थोड़ा जिहा वक्त दे दिओ, मेरे लोग मेरे को वापस आ गए, मैनू चाहण वाले मेरे को बहुत आ गए, हुण पैसे की परवाह नहीं, लेकिन थोड़े जे पैसे कमाउण जोगा वक्त तो दे दिओ, मैनू उन्हां खुशियां शामिल तो हो लैण दो, ये ना हो मैं गला बिठा बिठा के कितने गाउण जोगा ना रहा, तुसीं मेरी रोज़ बोल बोल के मेरी बस करवाने हो जां मैनू बोलण ते मजबूर करदे हो, मैनू ना इदां करो, मैनू गा लैण दिओ। अच्छा निक्कू जी, मेरा आखिरी सवाल हैगा कि निक्कू उत्ते इल्जाम लगे ट्रोलिंग होई कि निक्कू लूज करैक्टर हैगा ते स्मोकिंग करदा, है ना, इन्हां बारे की कहना तुहाडा? मैं पहलां भी बोलदा कि फुल ना कंडे हुंदे आ जी, जदों कोई चीज़ मैं तो पहली बार कॉन्ट्रोवर्सियां का सामना किया, क्योंकि मैंने बड़े लोगों ने कहना कि जे गाना चलाना तो थोड़ी जी कॉन्ट्रोवर्सी करोगे थोड़ा गाना छेती लोगों तक पहुँचता, वो पैसे की घट जरूरत पैंदी है, दिमाग की ज़्यादा जरूरत पैंदी है, तो मैं वो चीज़ लिए कदे दिमाग लाया नहीं, क्योंकि मैं सिर्फ गाना जिन्ना क आता उन्ना क गाना आता है, जिन्नी पंजाबी माँ बोली सेवा गाने ना मैं कर सकता वो कर सकता, मैंने कॉन्ट्रोवर्सियाँ आदि नहीं। फिर ये वाहिगुरू भी शायद महसूस होया कि ये बंदे ने नहीं करनी है कॉन्ट्रोवर्सी, बड़े लोगों ने क्या क्या देख लिया, चलो आप ही एक प्लान ये कर देने हैं, वो शायद वाहिगुरू ने वड्डा प्लान करता सारे लोगों तक कॉन्ट्रोवर्सी करके पहुँच गई सारी गल। सो दे विच बड़े लोगों ने चंगा माड़ा बड़ा कुछ बोलिया, सो मैं तो कहना कि वाहिगुरू सारे समत बख्शे, बस कोशिश करो किसी लिए जां किसी सरदार बंदे लिए ऐसे वर्ड ना बोलो जिहड़े
सुन के लोगों के मन में भी तकलीफ पहुँची, मेरे तो पहुँचनी पहुँचनी है, पर फिर भी जिंदे वसदे रहन सारे मेरे भैन भरा जिहड़े मेरे लिए रोंग भी बोले ने उन्हां दा भी धन्नवाद, क्योंकि उन्होंने बोलिया एक कॉन्ट्रोवर्सियां बनिया गल्लां, कॉन्ट्रोवर्सी करके लोग जुड़े, लोगों तक मेरा दर्द पहुँचा, तो दर्द करके मेरे नाल मेरे चाहण वाले जुड़े, तो उन्हां दा भी धन्नवाद ही है सच्ची सारिआं दा जिहड़े कुछ रोंग भी बोले ने। बहुत बहुत शुक्रिया निक्कू जी गलबात करने वास्ते। सो इस सन इंद्रजीत निक्कू जी ने जवाब दिता हैगा सारिया गल्लां दा, ट्रोलिंग कित्थों होई, कित्थों लोगों ने बांह फड़ी। सो तुसीं भी इंटरव्यू देखने तो बाद अपने कमेंट बॉक्स के कमेंट देना ना भुलना कि तुहानूं इंद्रजीत निक्कू दीआं गल्लां किहो जिहीआं लगियां। कैमरामैन सोनी दे नाल सुशील गर्चा, दैनिक सवेरा, मोहाली।